ਮੈਂ ਜਤਿੰਦਰ ਸਿੰਘ ਮੋਤੀ ਭਾਟੀਆ ਜੋ ਕਿ ਕਾਂਗਰਸ ਦਾ ਵਾਰਡ ਨੰਬਰ 28 ਤੋਂ ਉਮੀਦਵਾਰ ਹਾਂ। ਮੈਂ ਆਪਣੇ ਸਾਰੇ ਵੋਟਰਾਂ ਨੂੰ ਵਾਰਡ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਮੈਨੂੰ 17 ਦਸੰਬਰ ਨੂੰ ਵੋਟਾਂ ਪਾ ਕੇ ਭਾਰੀ ਤਾਦਾਦ ਦੇ ਵਿੱਚ ਵੋਟਾਂ ਪਾ ਕੇ ਕਾਮਯਾਬ ਕਰੋ। ਮੈਂ ਇਸ ਵਾਰਡ ਲਈ ਕੋਈ ਨਵਾਂ ਨਹੀਂ, ਇਸ ਵਾਰਡ ਦਾ ਹੀ ਜੰਪਲ ਹਾਂ ਔਰ ਬਹੁਤ ਸਾਰੇ ਮੈਂ ਕੰਮ ਪਹਿਲਾਂ ਵੀ ਕਰਦਾ ਰਿਹਾ ਹਾਂ। ਲੋਕ ਸਭਾ ਦੇ ਵਿੱਚ ਬਹੁਤ ਸਾਲਾਂ ਤੋਂ ਮੈਂ ਹਾਂ। ਮੇਰੇ ਪਿਤਾ ਜੀ ਵੀ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਰਹੇ ਕਾਂਗਰਸ ਦੀ ਔਰ ਲੋਕਾਂ ਦੀ ਸੇਵਾ ਕਰਦੇ ਰਹੇ। ਮੇਰੇ ਮਾਣਯੋਗ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਮੇਰੇ 'ਤੇ ਭਰੋਸਾ ਕਰਦੇ ਹੋਏ ਮੈਨੂੰ ਇਸ ਵਾਰਡ ਤੋਂ ਕਾਂਗਰਸ ਦਾ ਉਮੀਦਵਾਰ ਬਣਾਇਆ ਔਰ ਜੋ ਜੋ ਮੈਨੂੰ ਲੋਕਾਂ ਦੇ ਵਿੱਚ ਮੈਂ ਜਾ ਰਿਹਾ ਵਾਂ, ਜਿੰਨਾ ਕੁ ਲੋਕਾਂ ਦੇ ਵਿੱਚ ਮੈਨੂੰ ਪਿਆਰ ਮਿਲ ਰਿਹਾ ਹੈ, ਜਿੰਨਾ ਕੁ ਉਤਸ਼ਾਹ ਹੈ ਲੋਕਾਂ 'ਚ, ਜਿਵੇਂ ਲੋਕ ਮੇਰੇ 'ਤੇ ਭਰੋਸਾ ਪ੍ਰਗਟ ਕਰ ਰਹੇ ਹਨ, ਮੈਂ ਆਪਣੀ ਵਾਰਡ ਦੇ ਸਮੂਹ ਵਾਸੀਆਂ ਨੂੰ ਪਰਮਾਤਮਾ ਦਾ ਨਾਂ ਲੈ ਕੇ ਯਕੀਨ ਦਵਾਉਣਾ ਚਾਹੁੰਦਾ ਹਾਂ ਕਿ ਜੋ ਤੁਸੀਂ ਮੇਰੇ 'ਤੇ ਭਰੋਸਾ ਰੱਖਿਆ ਹੈ, ਮੈਂ ਇਲਾਕੇ ਦੀਆਂ ਜਿਹੜੀਆਂ ਮੁੱਖ ਡਿਮਾਂਡਾਂ ਹੁੰਦੀਆਂ ਹਨ, ਜਿਹੜੀਆਂ ਇੱਕ ਕੌਂਸਲਰ ਕੋਲ ਲੋਕ ਉਮੀਦ ਕਰਦੇ ਹਨ, ਜਿਹਦੇ ਵਿੱਚ ਸੈਨੀਟੇਸ਼ਨ ਸਫਾਈ ਦਾ ਪ੍ਰਬੰਧ, ਸੀਵਰੇ ਪ੍ਰਣਾਲੀ, ਪਾਣੀ ਦਾ ਸਾਫ ਪਾਣੀ ਦਾ ਪ੍ਰਬੰਧ ਔਰ ਸਟਰੀਟ ਲਾਈਟ, ਇਹਨਾਂ ਚੀਜ਼ਾਂ ਨੂੰ ਮੈਂ 31 ਮਾਰਚ 2018 ਤੋਂ ਪਹਿਲਾਂ ਸਾਰੇ ਇਲਾਕੇ ਦੇ ਵਿੱਚ, ਸਾਰੀ ਵਾਰਡ ਦੇ ਵਿੱਚ ਕਲੀਅਰ ਕਰਵਾ ਦਿਆਂਗਾ। ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਹੀ ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੇ ਕੋਲੋਂ ਇਸ ਵਾਰਡ ਦੀ 80 ਲੱਖ ਰੁਪਈਆ ਮਨਜ਼ੂਰ ਕਰਵਾ ਚੁੱਕਾ ਹਾਂ, ਜਿਹਦੇ ਵਿੱਚੋਂ 30 ਲੱਖ ਰੁਪਏ ਦੇ ਸੜਕਾਂ ਦੇ ਔਰ ਗਲੀਆਂ ਦੇ ਕੰਮ ਅੱਜ ਤੋਂ 15 ਦਿਨ ਪਹਿਲਾਂ ਮਹੂਰਤ ਕਰਕੇ ਸ਼ੁਰੂ ਕਰ ਦਿੱਤੇ ਗਏ ਸਨ ਔਰ ਬਾਕੀ 50 ਲੱਖ ਦੇ ਕੰਮਾਂ ਦੇ ਵਿੱਚ ਸਾਡੀਆਂ ਸਟਰੀਟ ਲਾਈਟਾਂ ਜਿਹੜੀਆਂ ਨੇ ਉਹ ਹੋ ਜਾਣੀਆਂ ਔਰ ਅਸੀਂ ਸਿੱਧੂ ਸਾਹਿਬ ਨੂੰ ਇੱਕ ਪ੍ਰਪੋਜ਼ਲ ਦਿੱਤੀ ਸੀਗੀ, ਰਿਕੁਐਸਟ ਕੀਤੀ ਸੀ ਕਿ ਮੇਰੀ ਵਾਰਡ ਦੇ ਵਿੱਚ ਸੀਵਰੇਜ ਦੀਆਂ ਜੋ ਪਾਈਪਾਂ ਨੇ, ਜੋ ਪਾਣੀ ਦੀਆਂ ਪਾਈਪਾਂ ਨੇ, ਬਹੁਤ ਪੁਰਾਣੀਆਂ ਨੇ, ਕਈ ਵਾਰੀ ਆਪਸ ਵਿੱਚ ਪਾਈਪਾਂ ਟੁੱਟ ਕੇ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਮਿਕਸ ਹੋ ਜਾਂਦਾ, ਜਿਹਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਭਾਟੀਆ ਜੀ, ਜਦੋਂ ਵੀ ਵਾਰਡ ਦੇ ਇਲੈਕਸ਼ਨ ਹੁੰਦੇ ਨੇ, 5 ਸਾਲ ਬਾਅਦ ਮੱਲ ਨਿਗਮ ਚੁਣਾਵ ਹੁੰਦੇ ਆ, ਮੁੱਦੇ ਸੇਮ ਰਹਿੰਦੇ ਆ, ਕੀ 5 ਸਾਲ ਕੌਂਸਲਰ ਕੰਮ ਨਹੀਂ ਕਰਦਾ? ਦੇਖੋ, ਜੇ ਇਹ ਮੈਂ ਸਮਝਦਾ ਕਿ ਇਹ ਬਹੁਤ ਵੱਡੇ ਕੰਮ ਨਹੀਂ ਹੈ। ਜੇ ਇੱਕ ਵਾਰੀ ਚੰਗੀ ਤਰੀਕੇ ਦੇ ਨਾਲ ਕੌਂਸਲਰ ਸੋਚ ਲਏ ਕਿ ਮੈਂ ਵੋਟਾਂ ਲੈ ਕੇ ਲੋਕਾਂ ਦੀ ਸੇਵਾ ਕਰਨੀ ਹੈ, ਤਾਂ ਮੈਂ ਨਹੀਂ ਸਮਝਦੇ ਉਹਦੇ ਲਈ ਇੱਕ ਬਹੁਤ ਵੱਡੇ ਕੰਮ ਨੇ। ਕਿਉਂਕਿ ਸਟਰੀਟ ਲਾਈਟ ਜਿਹੜੀ ਹੈ ਸਾਡੇ ਇਲਾਕੇ ਦੀ, ਉਹਦੇ ਲਈ ਅਸੀਂ ਪ੍ਰਪੋਜ਼ਲ ਜਿਹੜੀ ਦਿੱਤੀ ਹੋਈ ਹੈ, ਜਿਹੜੀ ਪਾਸ ਹੋ ਚੁੱਕੀ ਹੈ, ਅਸੀਂ ਇਸ ਇਲਾਕੇ ਦੇ ਵਿੱਚ ਪੁਰਾਣੀ ਸਟਰੀਟ ਲਾਈਟ ਉਤਾਰ ਕੇ ਨਵੀਆਂ LED ਸਟਰੀਟ ਲਾਈਟਾਂ ਲਗਾ ਦੇਣੀਆਂ ਹਨ। ਉਹ ਬਹੁਤ ਹੀ ਜਲਦ, ਜਿਵੇਂ ਵੀ ਪ੍ਰੋਸੈਸ ਦਾ ਸ਼ੁਰੂ ਹੁੰਦਾ ਹੈ, ਉਹ ਪਾਸ ਹੋ ਚੁੱਕੀਆਂ ਨੇ, ਉਹ ਲੱਗ ਜਾਣੀਆਂ। ਦੂਸਰੀ ਗੱਲ ਜਿਹੜੀ ਸੈਨੀਟੇਸ਼ਨ ਦੀ, ਉਹ ਅਸੀਂ ਜੇ ਇੱਥੇ ਸੈਨੀਟੇਸ਼ਨ ਕੋਈ ਜਿਹੜੇ ਵਰਕਰ ਕੰਮ ਨਹੀਂ ਕਰਦੇ ਹੋਣਗੇ ਔਰ ਤਨਖਾਹ ਲੈਂਦੇ ਹੋਣਗੇ, ਇੱਕ ਤਾਂ ਉਹਨਾਂ ਨੂੰ ਚੈੱਕ ਕਰਾਂਗੇ, ਜੇ ਇੱਥੇ ਸੈਨੀਟੇਸ਼ਨ ਦੇ ਵਿੱਚ ਹੋਰ ਲੋਕਾਂ ਦੀ ਜ਼ਰੂਰਤ ਪਏਗੀ ਕੰਮ ਵਾਲਿਆਂ ਦੀ, ਅਸੀਂ ਸਵੀਪਰ ਵਧਾਵਾਂਗੇ। ਤੀਸਰੀ ਗੱਲ, ਅਸੀਂ ਇਹ ਪ੍ਰਪੋਜ਼ਲ ਦਿੱਤੀ ਹੋਈ ਹੈ ਕਿ ਜਿੰਨੀਆਂ ਇੱਥੋਂ ਦੀਆਂ ਸੀਵਰੇਜ ਦੀ ਪਾਈਪ ਹੈ ਔਰ ਪਾਣੀ ਦੀ ਪਾਈਪ ਪੁਰਾਣੀ, ਅਸੀਂ ਉਹ ਟੋਟਲੀ ਵਾਰਡ ਦੇ ਵਿੱਚ ਚੇਂਜ ਕਰ ਦੇਣੀ ਹੈ। ਜਿਹੜੀ ਮੇਰੀ ਵਾਰਡ ਦੇ ਵਿੱਚ ਪਾਰਕ ਨੇ, ਉਹ ਪਾਰਕਾਂ ਨੂੰ ਅਸੀਂ ਅੱਤ ਨਮੂਨੇ ਦੇ ਖੂਬਸੂਰਤ ਬਣਾਉਣਾ, ਕਿਉਂਕਿ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਵੀ ਇਹੋ ਸੁਪਨਾ ਹੈ ਕਿ ਮੈਂ ਇਸ ਵਾਰਡ ਦੇ ਵਿੱਚ ਫੰਡ ਦੀ ਕੋਈ ਕਮੀ ਨਹੀਂ ਆਉਣ ਦਿਆਂਗਾ, ਤੁਸੀਂ ਇਹ ਵਾਰਡ ਨੂੰ ਜਿੰਨਾ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਬਣਾਓ। ਬਾਕੀ ਮੈਂ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਸਦਾ ਹਾਜ਼ਰ ਰਹਾਂਗਾ। ਇਹ ਮੈਂ ਲੋਕਾਂ ਨੂੰ ਅਗਲੇ 5 ਸਾਲ ਲਈ ਬੌਂਡ ਭਰ ਕੇ ਦੇ ਦਿੱਤਾ ਹੈ ਕਿ ਮੈਂ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਹਿਣਾ ਔਰ ਤੁਹਾਡੀ ਸੇਵਾ ਕਰਨੀ ਹੈ। ਭਾਟੀਆ ਜੀ, ਇੱਕ ਜਿਹੜੀ ਨਾ ਮੁਸ਼ਕਲ ਸਾਹਮਣੇ ਆਈ ਆ ਸਾਡੇ ਨੂੰ, ਜਿਹੜੀ ਦੇਖੀ ਆ ਉਹ ਕਿ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੀ ਵਾਰ ਗਠਬੰਧਨ ਦੀ ਸਰਕਾਰ ਦੇ ਵਿੱਚ ਜਿਹੜਾ ਵਾ ਉਹ ਸਾਰੇ ਕੰਮ ਜਿਹੜੇ ਆ ਪਾਰਸ਼ਿਟੀ ਨਾ ਹੋਏ, ਜਿੱਥੇ ਕਾਂਗਰਸੀ ਉਮੀਦਵਾਰ ਰਹਿੰਦੇ ਜਾਂ ਕਾਂਗਰਸੀ ਵਰਕਰ ਰਹਿੰਦੇ ਸੀ ਉਹਨਾਂ ਦੇ ਘਰਾਂ ਦੇ ਅੱਗੇ ਜਿਹੜੇ ਆ ਵਿਕਾਸ ਕਾਰਜ ਨਹੀਂ ਹੋਏ, ਕੀ ਕਾਂਗਰਸ ਉਹਨਾਂ ਦੀ ਨੀਤੀ ਅਪਣਾਏਗੀ ਕਿ ਬਿਨਾਂ ਪੱਖਪਾਤ ਤੋਂ ਕੰਮ ਕਰੇ? ਤੁਸੀਂ ਭਲੀ ਭਾਂਤ ਜਾਣਦੇ ਹੋ, ਅੱਜ 8 ਮਹੀਨੇ ਹੋ ਗਏ ਕਾਂਗਰਸ ਸਰਕਾਰ ਨੂੰ ਬਣਿਆ, ਕੋਈ ਪਾਰਸ਼ੈਲਿਟੀ ਦੇਖੀ ਕਿਤੇ ਵੀ? ਕਾਂਗਰਸ ਨੇ ਕਦੀ ਵੀ ਪਾਰਸ਼ੈਲਿਟੀ ਦੀ ਰਾਜਨੀਤੀ ਨੂੰ ਅਡਾਪਟ ਨਹੀਂ ਕੀਤਾ। ਜਿਹੜੀ ਪਿਛਲੀ ਸਰਕਾਰ ਸੀ, ਅੱਜ ਉਹਦੀ ਪਤਨ ਦਾ ਕਾਰਨ ਵੀ ਇਹੋ ਬਣਿਆ, ਅੱਜ ਸਾਡੇ ਨਾਲ, ਕਿਉਂਕਿ ਅਸੀਂ ਕਦੀ ਪਾਰਸ਼ੈਲਿਟੀ ਕੀਤੀ ਨਹੀਂ, ਅੱਜ ਸਾਡੇ ਨਾਲ ਟੋਟਲੀ BJP, ਅਕਾਲੀ ਦਲ, ਕਾਂਗਰਸ, ਜਿਹੜੇ ਜਿੰਨੇ ਲੋਕ ਨੇ ਉਹ ਸਾਰੇ ਖੁੱਲ੍ਹ ਕੇ ਸਾਡੇ ਨਾਲ ਚੱਲ ਰਹੇ ਨੇ ਔਰ ਅਸੀਂ ਇਸ ਵਾਰਡ ਦੇ ਵਿੱਚੋਂ ਬਹੁਤ ਭਾਰੀ ਤਾਦਾਦ ਦੇ ਵਿੱਚ ਵੋਟਾਂ ਲੈ ਕੇ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ।